TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਵਿਨੇਸ਼ ਫੋਕਾਟਤੀ ਅਪੀਲ ਖਾਰਜ, ਟੁੱਟਿਆ ਸੁਪਨਾ, ਕੀ ਬਣੂ ਸੁਖਬੀਰ ਦਾ ਇੱਕ ਤੋਂ ਬਾਅਦ ਇੱਕ ਹੋਰ ਕਰਾਰਾ ਝਟਕਾ ਅਤੇ ਉੱਠੀ ਨਵੀਂ ਮੰਗ। ਲਾਰੈਂਸ ਦੀ ਇੰਟਰਵਿਊ, ਕੌਣ ਕੌਣ ਸਨ ਜ਼ਿੰਮੇਵਾਰ, ਨਾਮ ਆਏ ਸਾਹਮਣੇ। 30 ਸਾਲਾਂ ਬਾਅਦ ਬੰਦੀ ਸਿੰਘ ਨੂੰ ਮਿਲੀ ਪੱਕੀ ਜ਼ਮਾਨਤ। ਅੰਮ੍ਰਿਤਪਾਲ ਦੇ ਪਿਤਾ ਨੇ ਜੇਲ੍ਹ ਵਿੱਚ ਅਣਹੋਣੀ ਦਾ ਪ੍ਰਗਟਾਇਆ ਸ਼ੱਕ। ਕੋਲਕਾਤਾ ਵਿੱਚ ਜ਼ਬਰ ਜਨਾਹ ਤੋਂ ਬਾਅਦ ਕਤਲ ਕੀਤੀ ਗਈ ਡਾਕਟਰ ਦੇ ਪੋਸਟਮਾਰਟਮ ਦੀ ਰਿਪੋਰਟ ਵਿੱਚ ਹੈਰਾਨੀਜਨਕ ਖੁਲਾਸੇ ਅਤੇ ਕਈ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਿਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਇਹਨਾਂ 'ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ ਅਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਭ ਤੋਂ ਪਹਿਲਾਂ ਗੱਲ ਕਰਦਿਆਂ ਪੈਰਿਸ ਓਲੰਪਿਕ ਦੀ। ਓਲੰਪਿਕ ਤੋਂ ਬਾਅਦ ਭਾਰਤੀ ਸਟਾਰ ਭਲਵਾਨ ਵਿਨੇਸ਼ ਫੋਗਾਟ, ਉਹਨਾਂ ਨੂੰ ਅਤੇ ਉਹਨਾਂ ਦੇ ਸਮਰਥਕਾਂ ਨੂੰ ਬਹੁਤ ਵੱਡਾ ਅਤੇ ਕਰਾਰਾ ਝਟਕਾ ਲੱਗਿਆ ਅਤੇ ਆਖਰੀ ਉਮੀਦ ਟੁੱਟ ਗਈ ਹੈ। ਵਿਨੇਸ਼ ਫੋਗਾਟ ਨੇ ਚਾਂਦੀ ਦੇ ਤਮਗੇ ਦੇ ਵਾਸਤੇ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਭਾਵ CAS ਦੇ ਵਿੱਚ ਆਪਣੀ ਅਪੀਲ ਦਾਖਲ ਕੀਤੀ ਹੋਈ ਸੀ। ਉਹਦੇ ਉੱਤੇ ਸੁਣਵਾਈ ਪੂਰੀ ਹੋ ਚੁੱਕੀ ਸੀ ਅਤੇ ਫੈਸਲਾ ਟਲ ਗਿਆ ਸੀ ਅਤੇ ਹੁਣ ਉਹ ਫੈਸਲਾ ਸੁਣਾ ਦਿੱਤਾ ਗਿਆ ਹੈ। CAS ਨੇ ਵਿਨੇਸ਼ ਦੀ ਅਪੀਲ ਨੂੰ ਹੁਣ ਰੱਦ ਕਰ ਦਿੱਤਾ ਹੈ ਅਤੇ ਇਹਦਾ ਭਾਵ ਇਹ ਹੈ ਕਿ ਉਹਨਾਂ ਨੂੰ ਚਾਂਦੀ ਦਾ ਤਮਗਾ ਨਹੀਂ ਮਿਲੇਗਾ। ਦੱਸਣਾ ਬਣਦਾ ਕਿ ਪਹਿਲਾਂ ਇਸ ਮਾਮਲੇ 'ਚ ਫੈਸਲਾ ਕਹਿੰਦੇ ਸੀ 13 ਅਗਸਤ ਨੂੰ ਆ ਜਾਣਾ, ਪਰ ਫਿਰ ਜਾਣਕਾਰੀ ਮਿਲੀ ਸੀ ਕਿ ਇਹ ਫੈਸਲਾ 16 ਤਰੀਕ ਨੂੰ ਭਾਵ 16 ਅਗਸਤ ਨੂੰ ਸੁਣਾਇਆ ਜਾਏਗਾ, ਪਰ ਹੁਣ ਉਹਦੇ ਤੋਂ ਪਹਿਲਾਂ ਹੀ ਇਸ ਫੈਸਲੇ ਦਾ ਐਲਾਨ ਕਰ ਦਿੱਤਾ ਗਿਆ। ਫੈਸਲੇ ਤੋਂ ਬਾਅਦ ਭਾਰਤੀ ਓਲੰਪਿਕ ਕਮੇਟੀ ਦੀ ਪ੍ਰਧਾਨ PT ਊਸ਼ਾ ਨੇ ਨਾਰਾਜ਼ਗੀ ਪ੍ਰਗਟਾਈ ਹੈ। ਯੂਨਾਈਟਿਡ ਵਰਲਡ ਰੈਸਲਿੰਗ ਵਿਨੇਸ਼ ਫੋਗਾਟ ਨੂੰ ਮੈਡਲ ਦੇਣ ਦਾ ਵਿਰੋਧ ਕਰ ਰਹੀ ਸੀ ਅਤੇ ਆਖਰਕਾਰ ਉਹੀ ਫੈਸਲਾ ਸਾਹਮਣੇ ਆ ਗਿਆ। ਵਿਨੇਸ਼ ਦੇ ਮਾਮਲੇ ਵਿੱਚ ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਪਹਿਲਾਂ ਹੀ ਸਾਫ਼ ਕਰ ਚੁੱਕੇ ਸੀ ਕਿ ਇੱਕ ਹੀ ਭਾਰ ਵਰਗ ਵਿੱਚ 2 ਸਿਲਵਰ ਮੈਡਲ ਨਹੀਂ ਦਿੱਤੇ ਜਾ ਸਕਦੇ। ਉਹਨਾਂ ਨੇ ਕਿਹਾ ਸੀ ਕਿ ਕੌਮਾਂਤਰੀ ਫੈਡਰੇਸ਼ਨ ਦੇ ਨਿਯਮ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਇੱਥੋਂ ਤੱਕ ਵੀ ਆਖ ਦਿੱਤਾ ਸੀ ਕਿ ਜੇਕਰ 100 ਗ੍ਰਾਮ ਦੇ ਨਾਲ ਆਗਿਆ ਦਿੱਤੀ ਜਾ ਸਕਦੀ ਹੈ ਤਾਂ ਫਿਰ 102 ਗ੍ਰਾਮ ਦੇ ਨਾਲ ਆਗਿਆ ਕਿਉਂ ਨਹੀਂ, ਕਿਧਰੇ ਤਾਂ ਸਾਨੂੰ ਬ੍ਰੇਕ ਲਾਉਣੀ ਪਏਗੀ। ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਵਿਨੇਸ਼ ਦੇ ਨਾਲ ਪੂਰੀ ਹਮਦਰਦੀ ਹੈ। ਤੁਹਾਨੂੰ ਦੱਸਣਾ ਬਣਦਾ ਕਿ ਇਹ ਮਾਮਲਾ ਅਸਲ ਦੇ ਵਿੱਚ ਸ਼ੁਰੂ ਕਿਵੇਂ ਹੋਇਆ ਸੀ। ਪੈਰਿਸ ਓਲੰਪਿਕ ਦੇ ਦੌਰਾਨ ਵਿਨੇਸ਼ ਨੇ 6 ਅਗਸਤ ਨੂੰ ਲਗਾਤਾਰ 3 ਮੈਚ ਖੇਡੇ ਅਤੇ ਇਹ 3 ਮੈਚ ਖੇਡ ਕੇ 50 ਕਿਲੋਗ੍ਰਾਮ ਫ੍ਰੀ ਸਟਾਈਲ ਕੁਸ਼ਤੀ ਦੇ ਵਿੱਚ ਫਾਈਨਲ ਦੇ ਵਿੱਚ ਦਾਖਲਾ ਹਾਸਲ ਕਰ ਲਿਆ ਸੀ ਅਤੇ ਆਖਿਆ ਜਾ ਸਕਦਾ ਹੈ ਕਿ ਸੋਨ ਜਾਂ ਚਾਂਦੀ ਦੇ ਤਮਗੇ ਦੇ ਵਿੱਚੋਂ ਇੱਕ ਉਹਦਾ ਪੱਕਾ ਸੀ। ਸੋਨ ਤਮਗੇ ਵਾਲਾ ਭਾਵ ਆਖਰੀ ਮੈਚ, ਫਾਈਨਲ ਮੈਚ 7 ਅਗਸਤ ਦੀ ਰਾਤ ਨੂੰ ਹੋਣਾ ਸੀ, ਪਰ ਵਿਨੇਸ਼ ਨੇ ਉਸੇ ਦਿਨ ਸਵੇਰੇ ਉਹਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਕਿਉਂਕਿ ਉਹਦਾ ਮੈਚ 50 ਕਿਲੋਗ੍ਰਾਮ ਤੋਂ 100 ਗ੍ਰਾਮ ਵੱਧ ਦਰਜ ਕੀਤਾ ਗਿਆ ਸੀ। ਇਹਦੇ ਤੋਂ ਬਾਅਦ ਵਿਨੇਸ਼ ਨੇ CAS ਦੇ ਵਿੱਚ ਇੱਕ ਅਪੀਲ ਦਰਜ ਕਰ ਦਿੱਤੀ ਸੀ ਅਤੇ ਵਿਨੇਸ਼ ਦੀ ਪਹਿਲੀ ਮੰਗ ਸੀ ਕਿ ਉਸ ਨੂੰ ਗੋਲਡ ਮੈਡਲ ਮੈਚ ਖੇਡਣ ਦੀ ਆਗਿਆ ਦਿੱਤੀ ਜਾਵੇ, ਪਰ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਦੀ ਇਹ ਮੰਗ ਰੱਦ ਕਰ ਦਿੱਤੀ ਗਈ ਸੀ। ਇਹਦੇ ਤੋਂ ਬਾਅਦ ਉਹਨਾਂ ਨੇ ਫਿਰ ਅਪੀਲ ਕੀਤੀ
ਕਿ ਉਸ ਨੂੰ ਇਸ ਇਵੈਂਟ ਵਿੱਚ ਸਿਲਵਰ ਮੈਡਲ ਤਾਂ ਦਿੱਤਾ ਹੀ ਜਾਵੇ ਕਿਉਂਕਿ ਉਹ ਜਦੋਂ ਤੱਕ ਸੈਮੀਫਾਈਨਲ ਵਿੱਚ ਖੇਡਦੇ ਰਹੇ ਉਦੋਂ ਤੱਕ ਉਹਨਾਂ ਦਾ ਨਿਰਧਾਰਿਤ ਵਜ਼ਨ ਤੋਂ ਵਜ਼ਨ ਘੱਟ ਸੀ। ਫਿਰ ਵੀ ਹੁਣ ਉਹਨਾਂ ਦੀ ਇਹ ਅਪੀਲ ਆਖਿਰਕਾਰ ਰੱਦ ਹੋ ਗਈ ਹੈ। 50 ਕਿਲੋਗ੍ਰਾਮ ਕੈਟਾਗਰੀ ਦੇ ਵਿੱਚ 100 ਗ੍ਰਾਮ ਭਾਰ ਵੱਧ ਹੋਣ ਦੀ ਵਜ੍ਹਾ ਕਾਰਨ ਵਿਨੇਸ਼ ਫੋਗਾਟ ਡਿਸਕੁਆਲੀਫਾਈ ਕਰ ਦਿੱਤੇ ਗਏ ਸਨ ਅਤੇ ਉਹਨਾਂ ਦੀ ਥਾਂ ਫਿਰ ਸੈਮੀਫਾਈਨਲ ਦੇ ਵਿੱਚ ਵਿਨੇਸ਼ ਫੋਗਾਟ ਤੋਂ ਹਾਰਨ ਵਾਲੀ ਕਿਊਬਾ ਦੀ ਭਲਵਾਨ ਜੁਸਤੇਲਿਸ ਗੁਜਮੇਨ ਲੋਪੇਜ ਨੇ ਫਾਈਨਲ ਦੇ ਵਿੱਚ ਉਹਨਾਂ ਦੀ ਥਾਂ ਮੁਕਾਬਲਾ ਲੜਿਆ ਸੀ। ਉਹ ਹਾਰ ਗਏ ਸਨ ਅਤੇ ਉਹਨਾਂ ਨੂੰ ਸਿਲਵਰ ਮੈਡਲ ਮਿਲ ਗਿਆ ਸੀ। ਪੈਰਿਸ ਓਲੰਪਿਕ ਫਾਈਨਲ ਦੇ ਵਿੱਚ ਡਿਸਕੁਆਲੀਫਾਈ ਠਹਿਰਾਉਣ ਤੋਂ ਬਾਅਦ ਵਿਨੇਸ਼ ਫੋਗਾਟ ਉਹਨਾਂ ਨੇ ਸੰਨਿਆਸ ਕੁਸ਼ਤੀ ਜਗਤ ਤੋਂ ਲੈਣ ਦਾ ਐਲਾਨ ਵੀ ਕਰ ਦਿੱਤਾ ਸੀ। ਬੀਤੇ ਵੀਰਵਾਰ ਨੂੰ ਉਹਨਾਂ ਨੇ ਸਵੇਰੇ 5:17 'ਤੇ ਇੱਕ ਪੋਸਟ ਲਿਖੀ ਸੀ ਕਿ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ, ਮੁਆਫ਼ ਕਰਨਾ ਤੁਹਾਡਾ ਸੁਪਨਾ, ਮੇਰੀ ਹਿੰਮਤ ਸਭ ਟੁੱਟ ਚੁੱਕੇ ਨੇ, ਇਹਦੇ ਤੋਂ ਜ਼ਿਆਦਾ ਤਾਕਤ ਨਹੀਂ ਰਹੀ, ਹੁਣ ਅਲਵਿਦਾ ਕੁਸ਼ਤੀ 2001 ਤੋਂ 2024, ਮੈਂ ਤੁਹਾਡੀ ਹਮੇਸ਼ਾ ਕਰਜ਼ਦਾਰ ਰਹਾਂਗੀ। ਹੁਣ ਉਹਨਾਂ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਕਰਾਰਾ ਝਟਕਾ ਲੱਗਿਆ ਉਹਨਾਂ ਦੇ ਭਾਰਤ 17 ਅਗਸਤ ਨੂੰ ਪਰਤਣ ਦੀ ਸੰਭਾਵਨਾ ਹੈ। ਪਰ ਹਰਿਆਣੇ ਵਿੱਚ, ਪੰਜਾਬ 'ਚ ਅਤੇ ਹੋਰਨਾਂ ਥਾਵਾਂ ਤੋਂ ਉਹਨਾਂ ਦੇ ਹੱਕ ਵਿੱਚ ਬਹੁਤ ਸਾਰੇ ਐਲਾਨ ਹੋ ਰਹੇ ਨੇ। ਅਤੇ ਹੁਣ ਗੱਲ ਕਰਦੇ ਹਾਂ ਕਿ ਕੀ ਬਣੂ ਸੁਖਬੀਰ ਦਾ। ਅਕਾਲੀ ਦਲ ਨੂੰ ਇੱਕ ਤੋਂ ਬਾਅਦ ਇੱਕ ਕਰਾਰੇ ਝਟਕੇ ਲੱਗੀ ਜਾ ਰਹੇ ਨੇ। ਸੁਖਬੀਰ ਦੀਆਂ ਖੱਬੀਆਂ ਸੱਜੀਆਂ ਬਾਹਾਂ ਜਾਂ ਉਹਨੂੰ ਛੱਡ ਚੁੱਕੀਆਂ ਨੇ ਜਾਂ ਛੱਡ ਰਹੀਆਂ ਨੇ ਜਾਂ ਫਿਰ ਉਹਨਾਂ ਦੇ ਵਿਰੋਧ ਦੇ ਵਿੱਚ ਝੰਡਾ ਚੁੱਕ ਕੇ ਖੜੀਆਂ ਨੇ। ਬੰਗਾ ਤੋਂ ਅਕਾਲੀ ਦਲ ਦੇ 2 ਵਾਰ ਵਿਧਾਇਕ ਰਹੇ ਡਾਕਟਰ ਸੁਖਵਿੰਦਰ ਸੁੱਖੀ ਇਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਪ ਵਿੱਚ ਸ਼ਮੂਲੀਅਤ ਕੀਤੀ ਹੈ। ਸੁੱਖੀ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਦੇ ਚੀਫ ਵਿਪ ਵੀ ਸਨ। ਕੁੱਲ 3 MLA ਨੇ, ਉਹਨਾਂ ਵਿੱਚੋਂ ਮਨਪ੍ਰੀਤ ਇਆਲੀ ਪਹਿਲਾਂ ਹੀ ਆਖ ਚੁੱਕੇ ਨੇ ਕਿ ਜਿੰਨੀ ਦੇਰ ਤੱਕ ਝੂੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਨਹੀਂ ਹੁੰਦੀਆਂ ਉਨੀ ਦੇਰ ਤੱਕ ਉਹ ਕਿਸੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਫੰਕਸ਼ਨ ਜਾਂ ਮੀਟਿੰਗ ਵਿੱਚ ਹਿੱਸਾ ਨਹੀਂ ਲੈਣਗੇ। ਸਿਰਫ ਤੇ ਸਿਰਫ ਆਖਿਆ ਜਾ ਸਕਦਾ ਕਿ ਇੱਕੋ ਇੱਕ ਵਿਧਾਇਕ ਨੇ, ਉਹ ਨੇ ਗੰਨੀਵ ਕੌਰ ਮਜੀਠੀਆ, ਜਿਹੜੇ ਕਿ ਇਸ ਵਕਤ ਅਕਾਲੀ ਦਲ ਦੇ ਨਾਲ ਖੁੱਲ੍ਹ ਕੇ ਤੁਰ ਰਹੇ ਨੇ, ਪਰ ਬਿਆਨਬਾਜ਼ੀ ਜਾਂ ਸਰਗਰਮੀ ਉਹਨਾਂ ਦੀ ਵੀ ਕਦੇ ਕਿਧਰੇ ਨਜ਼ਰ ਨਹੀਂ ਆਉਂਦੀ। ਡਾਕਟਰ ਸੁੱਖੀ ਨੇ ਮੁੱਖ ਮੰਤਰੀ ਮਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਜਦੋਂ ਵੀ ਮੈਂ ਆਪਣੇ ਹਲਕੇ ਦਾ ਕੋਈ ਕੰਮ ਲੈ ਕੇ ਉਹਨਾਂ ਨੂੰ ਮਿਲਿਆ, ਉਹਨਾਂ ਨੇ ਪਹਿਲ ਦੇ ਆਧਾਰ 'ਤੇ ਮੇਰੇ ਕੰਮ ਕੀਤੇ ਹੈ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਹੁਣ ਉਹ ਵਿਧਾਇਕੀ ਤੋਂ ਅਸਤੀਫਾ ਦੇਣਗੇ ਜਾਂ ਵਿਧਾਇਕ ਦੇ ਤੌਰ 'ਤੇ ਇਸੇ ਤਰ੍ਹਾਂ ਉਹ ਆਪਣਾ ਕੰਮ ਜਾਰੀ ਰੱਖਣਗੇ, ਤਾਂ ਉਹਨਾਂ ਕਿਹਾ ਕਿ ਕਾਨੂੰਨ ਦੇ ਮੁਤਾਬਕ ਜੋ ਵੀ ਪ੍ਰਕਿਰਿਆ ਹੋਵੇਗੀ ਉਹਦਾ ਉਹ ਪਾਲਣ ਕਰਨਗੇ। ਦੱਸਣਾ ਬਣਦਾ ਕਿ 2009 ਦੇ ਵਿੱਚ ਡਾਕਟਰ ਸੁੱਖੀ ਨੇ ਬਸਪਾ ਦੀ ਟਿਕਟ ਤੋਂ ਹੁਸ਼ਿਆਰਪੁਰ ਤੋਂ ਪਹਿਲੀ ਚੋਣ ਲੜੀ ਸੀ। 2012 ਵਿੱਚ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸਨ ਅਤੇ 2017 ਅਤੇ 2022 ਵਿੱਚ ਡਾਕਟਰ ਸੁੱਖੀ ਅਕਾਲੀ ਦਲ ਦੀ ਟਿਕਟ 'ਤੇ ਬੰਗਾ ਤੋਂ ਲਗਾਤਾਰ 2 ਵਾਰ ਵਿਧਾਇਕ ਬਣ ਗਏ ਸਨ। ਕਿੱਤੇ ਵਜੋਂ ਉਹ ਸਪੈਸ਼ਲਿਸਟ ਡਾਕਟਰ ਨੇ। ਦੱਸਣਾ ਬਣਦਾ ਕਿ ਇਹ ਇੱਕ ਝਟਕਾ ਨਹੀਂ, ਦੂਸਰੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਵਾਸਤੇ ਇੱਕ ਹੋਰ ਝਟਕਾ ਵੀ ਤਿਆਰ ਹੈ। ਕੀ ਬਣੂ ਇਹਨਾਂ ਦਾ, ਕਿਉਂਕਿ 30 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੀ ਅਗਵਾਈ 'ਚ 5 ਸਿੰਘ ਸਾਹਿਬਾਨਾਂ ਦੀ ਮੀਟਿੰਗ ਹੈ। ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਾਗੀ ਧੜੇ ਦੀ ਮੁਆਫ਼ੀ ਵਾਲੀ ਅਪੀਲ 'ਤੇ ਫੈਸਲਾ ਹੋ ਸਕਦਾ। ਇਹਦੇ ਤੋਂ ਪਹਿਲਾਂ ਅਕਾਲੀ ਦਲ ਦੇ ਬਾਗੀ ਧੜੇ ਨਾਲ ਜੁੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਅਤੇ ਇੱਕ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਹੈ, ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਪੱਤਰ ਦੇ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਅਪੀਲ ਕਰ ਦਿੱਤੀ ਗਈ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਭਾਈ ਮਨਜੀਤ ਸਿੰਘ ਭੂਰਾ ਕੋਨਾ, ਜਰਨੈਲ ਸਿੰਘ ਭੁੱਲੇ ਰਾਠਾਂ, ਬੀਬੀ ਪਰਮਜੀਤ ਕੌਰ ਲਾਂਡਰਾਂ, ਨਰਮੈਲ ਸਿੰਘ ਜੌਲਾਂ ਅਤੇ ਰਾਮਪਾਲ ਸਿੰਘ ਬੈਣੀਵਾਲ ਨੇ ਜਥੇਦਾਰ ਨੂੰ ਇੱਕ ਮੰਗ ਪੱਤਰ ਦਿੱਤਾ। ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋਈਆਂ ਨੇ, ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾਉਣ, ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿਵਾਉਣ ਸਮੇਤ ਹੋਰ ਮਾਮਲਿਆਂ ਦੇ ਵਿੱਚ ਸੁਖਬੀਰ ਬਾਦਲ ਹੀ ਜ਼ਿੰਮੇਵਾਰ ਨੇ, ਇਹਦੇ ਲਈ ਉਹਨਾਂ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਜਾਵੇ। ਸਾਫ਼ ਹੈ ਕਿ ਬਾਗੀ ਧੜੇ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਮੀਟਿੰਗ ਤੋਂ ਪਹਿਲਾਂ, ਜਿਹੜੀ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋ ਰਹੀ ਹੈ, ਉਹਦੇ ਤੋਂ ਪਹਿਲਾਂ ਦਬਾਅ ਬਣਾਉਣ ਦੀ ਇਹ ਕੋਸ਼ਿਸ਼ ਹੈ। ਇਹ ਆਖਿਆ ਜਾ ਸਕਦਾ ਕਿ ਅਕਾਲੀ ਦਲ ਦੇ ਵਿੱਚ ਕੁਝ ਵੀ ਚੰਗਾ ਨਜ਼ਰ ਨਹੀਂ ਆ ਰਿਹਾ, ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ। ਅਤੇ ਹੁਣ ਗੱਲ ਕਰਦੇ ਹਾਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ। ਇਸ ਮਾਮਲੇ ਦੀਆਂ ਵੀ ਨਿੱਤ ਪ੍ਰਤੀ ਦਿਨ ਪਰਤਾਂ ਉੱਧਰ ਰਹੀਆਂ ਨੇ। ਲਾਰੈਂਸ ਬਿਸ਼ਨੋਈ, ਉਹਦੀ ਇੰਟਰਵਿਊ ਦੇ ਵਿੱਚ ਕੌਣ ਸ਼ਾਮਲ ਸੀ, ਇਹਨੂੰ ਲੈ ਕੇ ਕਈ ਹੈਰਾਨੀਜਨਕ ਖੁਲਾਸੇ ਹੋਏ ਨੇ। ਲਾਰੈਂਸ ਦੀ ਇੰਟਰਵਿਊ, ਪਹਿਲੀ ਗੱਲ ਤਾਂ ਇਹ ਕਿ ਖਰੜ ਦੇ CIA ਸਟਾਫ ਦੇ ਵਿੱਚ ਪੁੱਛਗਿੱਛ ਅਤੇ ਦੂਸਰੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਹੋਈ ਸੀ। ਇਹ ਗੱਲ ਤਾਂ ਬੀਤੇ ਦਿਨੀ ਇਸ ਜਾਂਚ ਰਿਪੋਰਟ ਨੇ ਸਾਹਮਣੇ ਲਿਆ ਦਿੱਤੀ ਸੀ ਅਤੇ ਉਹਦੇ ਵਿੱਚ ਪੁਲਿਸ ਦੀ ਮਿਲੀ ਭੁਗਤ ਦੇ ਖੁਲਾਸੇ ਵੀ ਹੋਏ ਹੈ। ਹੁਣ ਇਹ ਸਾਹਮਣੇ ਆਇਆ ਕਿ ਲਾਰੈਂਸ ਦੀ ਇੰਟਰਵਿਊ ਕਰਵਾਉਣ ਦੇ ਸਮੇਂ ਪੁਲਿਸ ਅਧਿਕਾਰੀਆਂ ਨੇ ਉਹਦੇ ਤੋਂ ਰਿਸ਼ਵਤ ਲਈ ਸੀ ਅਤੇ ਫਿਰ ਇਹ ਰਿਸ਼ਵਤ ਲੈ ਕੇ ਲਾਰੈਂਸ ਨੂੰ VIP ਟ੍ਰੀਟਮੈਂਟ ਵੀ ਦਿੱਤਾ ਗਿਆ। ਇੱਥੇ ਇਹ ਗੱਲ ਟਿੱਪਣੀ ਕਰਨੀ ਬਣਦੀ ਹੈ ਕਿ ਸਭ ਤੋਂ ਵੱਡਾ ਜੇਕਰ ਕੋਡ ਭਾਰਤੀ ਸਿਸਟਮ ਨੂੰ ਚੁੰਬੜਿਆ ਹੋਇਆ ਤਾਂ ਉਹ ਕੀ ਹੈ, ਉਹ ਰਿਸ਼ਵਤਖੋਰੀ ਹੈ। VIP ਟ੍ਰੀਟਮੈਂਟ ਵੀ ਦਿੱਤਾ ਗਿਆ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਿੱਟ ਦੀ ਕੀਤੀ ਜਾਂਚ, ਉਹਦੇ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ CIA ਖਰੜ ਦੇ ਸਾਬਕਾ ਸਟੇਸ਼ਨ ਇੰਚਾਰਜ ਨੇ ਇੰਟਰਵਿਊ ਕਰਵਾਉਣ ਦੇ ਵਾਸਤੇ ਰਿਸ਼ਵਤ ਲਈ ਸੀ। ਇਹਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਟ ਉਹਨਾਂ ਕੋਲੋਂ ਪੁੱਛਗਿੱਛ ਕਰ ਸਕਦੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਈ ਮਾਮਲਿਆਂ ਦੇ ਵਿੱਚ ਲਾਰੈਂਸ ਨੂੰ ਦਿੱਲੀ ਦੇ ਵਿੱਚ ਪੇਸ਼ੀ ਦੌਰਾਨ ਗੁਪਤ ਤੌਰ 'ਤੇ ਸ਼ਰਾਬ ਮੁਹੱਈਆ ਕਰਵਾਈ ਗਈ ਸੀ। ਇਹਦੇ ਨਾਲ ਹੀ ਹੈਰਾਨੀਜਨਕ ਖੁਲਾਸੇ ਹੋਰ ਵੀ ਹੈ। ਕੁਝ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਇਆ ਕਿ ਲਾਰੈਂਸ ਨੂੰ ਰਾਤ ਕਰੀਬ 1:30 ਵਜੇ ਚੰਡੀਗੜ੍ਹ ਦੇ ਇੱਕ ਮਸ਼ਹੂਰ ਮਾਲ ਤੋਂ ਬ੍ਰੈਂਡਡ ਕੱਪੜਿਆਂ ਦੀ ਖਰੀਦਦਾਰੀ ਕਰਨ ਦੇ ਵਾਸਤੇ ਵੀ ਭੇਜਿਆ ਗਿਆ। ਉਹਦੇ ਵੱਲੋਂ ਪੁਲਿਸ ਵਾਲਿਆਂ ਨੂੰ ਵੀ ਮਹਿੰਗੇ ਕੱਪੜੇ, ਬ੍ਰੈਂਡਡ ਜੁੱਤੀਆਂ ਅਤੇ ਪਰਫਿਊਮ ਵੀ ਖਰੀਦ ਕੇ ਦਿੱਤੇ ਗਏ। ਸੀਨੀਅਰ ਪੁਲਿਸ ਅਧਿਕਾਰੀ ਨੇ ਹੋਰ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਟਰਵਿਊ ਮਾਮਲੇ ਦੇ ਵਿੱਚ ਜਿਹੜੀ CIA ਹੈ, ਵਿਸ਼ੇਸ਼ ਜਾਂਚ ਏਜੰਸੀ, ਉਹਨਾਂ ਨੇ ਖਰੜ ਦੇ ਸਾਬਕਾ ਥਾਣਾ ਇੰਚਾਰਜ ਸਣੇ 5 ਪੁਲਿਸ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ, ਜਿਨ੍ਹਾਂ ਦੇ ਨਾਮ ਸਾਹਮਣੇ ਆ ਗਏ ਹੈ। ਇਹਨਾਂ ਦੇ ਵਿੱਚ DSP ਅਤੇ SP ਪੱਧਰ ਦੇ ਅਧਿਕਾਰੀ ਦੱਸੇ ਜਾ ਰਹੇ ਨੇ। ਹਾਈ ਕੋਰਟ ਦੇ ਵਿੱਚ ਰਿਪੋਰਟ ਪੇਸ਼ ਕਰਨ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨੇ ਮੋਹਾਲੀ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵਿੱਚ ਕੇਸ ਦਰਜ ਕਰ ਲਿਆ। ਦੱਸਣਾ ਬਣਦਾ ਕਿ ਲਾਰੈਂਸ ਦੀ ਹੋਈ ਇੰਟਰਵਿਊ ਮਾਮਲੇ ਵਿੱਚ ਸਪੈਸ਼ਲ DGP ਹਿਊਮਨ ਰਾਈਟਸ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਸਿੱਟ ਬਣਾਈ ਗਈ ਸੀ, ਜਿਸ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਆਪਣੀ ਰਿਪੋਰਟ ਪੇਸ਼ ਕੀਤੀ ਆ, ਉਹਦੇ ਵਿੱਚ ਇਹ ਖੁਲਾਸੇ ਹੋਏ ਨੇ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ CIA ਦੇ ਖਰੜ ਥਾਣੇ ਵਿੱਚ ਹੋਈ ਸੀ, ਜਦੋਂ ਕਿ ਦੂਸਰੀ ਇੰਟਰਵਿਊ ਰਾਜਸਥਾਨ ਦੀ ਇੱਕ ਜੇਲ੍ਹ ਵਿੱਚ ਕਰਵਾਈ ਗਈ। ਸਤੰਬਰ 2022 ਵਿੱਚ ਰਿਕਾਰਡ ਕੀਤੀ ਗਈ ਇੰਟਰਵਿਊ 7 ਮਹੀਨਿਆਂ ਬਾਅਦ ਮਾਰਚ 2023 ਦੇ ਵਿੱਚ ਟੈਲੀਕਾਸਟ ਕੀਤੀ ਗਈ। ਸਿੱਟ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਦੋਂ ਗੈਂਗਸਟਰ ਲਾਰੈਂਸ ਇੱਕ ਕੇਸ ਦੀ ਜਾਂਚ ਲਈ CIA ਖਰੜ ਵਿੱਚ ਸੀ ਤਾਂ ਉਸਨੂੰ ਇੱਕ ਮੋਬਾਈਲ ਫੋਨ ਵੀ ਮੁਹੱਈਆ ਕਰਵਾਇਆ ਗਿਆ। CIA ਖਰੜ ਦੀ ਸੁਰੱਖਿਆ ਦੇ ਦਰਮਿਆਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ
ਗੁਜਰਾਤ ਅਤੇ ਤਿਹਾੜ ਜੇਲ੍ਹ ਦੇ ਵਿੱਚ ਬੰਦ ਆਪਣੇ ਗਰੁੱਪ ਦੇ ਕਈ ਲੋਕਾਂ ਦੇ ਨਾਲ ਉਦੋਂ ਫਿਰ ਗੱਲਬਾਤ ਵੀ ਕੀਤੀ। ਸਿੱਟ ਵੱਲੋਂ ਖਰੜ ਥਾਣੇ ਵਿੱਚ ਹੋਈ ਇੰਟਰਵਿਊ ਮਾਮਲੇ ਦੇ ਵਿੱਚ ਮੁਲਜ਼ਮ ਅਧਿਕਾਰੀਆਂ ਕੋਲੋਂ ਹੁਣ ਪੁੱਛਗਿੱਛ ਕੀਤੀ ਜਾਏਗੀ। ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜਦੋਂ ਲਾਰੈਂਸ ਥਾਣਾ ਖਰੜ ਵਿੱਚ ਆਇਆ ਸੀ ਤਾਂ ਉਹਦੀ ਗੈਂਗ ਦੀ 2 ਤੋਂ 3 ਮੈਂਬਰ ਉਸਨੂੰ ਮਿਲਣ ਵਾਸਤੇ ਵੀ ਉੱਥੇ ਆਏ। ਇਸ ਸੰਬੰਧੀ ਵੀ ਹੁਣ ਜਾਂਚ ਕੀਤੀ ਜਾ ਰਹੀ ਹੈ। ਇੱਥੋਂ ਪਤਾ ਲੱਗਦਾ ਕਿ ਕੁੱਤੀ ਚੋਰਾਂ ਨਾਲ ਹੀ ਰਲੀ ਹੋਈ ਅਤੇ ਕੁੱਤੀ ਉਹ ਚੋਰਾਂ ਦੀ ਸੀ। ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀਜਨਕ ਖੁਲਾਸੇ ਨੇ। ਅਤੇ ਹੁਣ ਗੱਲ ਕਰਦੇ ਹਾਂ ਕਿ 2 ਦਿਨ ਤੋਂ ਲਗਾਤਾਰ ਚਰਚਾ ਹੋ ਰਹੀ ਹੈ, 2 ਸਾਧਾਂ ਨੂੰ ਇੱਕ ਤੋਂ ਬਾਅਦ ਇੱਕ ਪੈਰੋਲ ਮਿਲੀ, ਇੱਕ ਗੁਰਮੀਤ ਰਾਮ ਰਹੀਮ ਨੂੰ ਅਤੇ ਦੂਸਰੀ ਆਸਾ ਰਾਮ ਨੂੰ। ਇੱਕ ਨੂੰ ਉਹਦੇ ਭਗਤ ਪਿਤਾ ਕਹਿੰਦੇ ਨੇ ਅਤੇ ਦੂਸਰੇ ਨੂੰ ਬਾਪੂ ਕਹਿੰਦੇ ਨੇ। ਚਰਚਾ ਸੀ ਫਿਰ ਬੰਦੀ ਸਿੰਘਾਂ ਨੂੰ ਕਿਉਂ ਨਹੀਂ? ਹੁਣ ਇੱਕ ਵੱਡੀ ਖਬਰ ਮਿਲ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਵੀ ਹੋਣ ਲੱਗੀ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਦੇ ਵਿੱਚ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਗੁਰਮੀਤ ਸਿੰਘ ਨੂੰ ਵੀ ਪੱਕੀ ਜ਼ਮਾਨਤ ਦਿੱਤੀ ਗਈ ਹੈ ਅਤੇ ਉਹ ਬੀਤੀ ਸ਼ਾਮ ਜੇਲ੍ਹ ਵਿੱਚੋਂ ਰਿਹਾ ਕਰ ਦਿੱਤੇ ਗਏ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਗੁਰਮੀਤ ਸਿੰਘ ਨੇ ਉਮਰ ਕੈਦ ਦੀ ਸਜ਼ਾ 'ਤੇ ਪ੍ਰੀ ਮੈਚਿਓਰ ਅਪੀਲ ਤੱਕ ਪੱਕੀ ਜ਼ਮਾਨਤ ਦੀ ਮੰਗ ਕੀਤੀ ਸੀ, ਜਿਸ ਨੂੰ ਆਖਰ ਮਨਜ਼ੂਰ ਕਰ ਲਿਆ ਗਿਆ। ਪਹਿਲਾਂ ਉਹ ਪੈਰੋਲ ਅਤੇ ਫਰਲੋ 'ਤੇ ਵੀ ਬਾਹਰ ਆਉਂਦੇ ਰਹੇ ਹੈ, ਪਰ ਹੁਣ ਉਹਨਾਂ ਨੂੰ ਇਹ ਪੱਕੀ ਜ਼ਮਾਨਤ ਮਿਲੀ ਹੈ, ਭਾਵ ਉਹਨਾਂ ਨੂੰ ਹੁਣ ਫੈਸਲੇ ਤੱਕ ਜੇਲ੍ਹ ਵਿੱਚ ਨਹੀਂ ਜਾਣਾ ਪਏਗਾ। ਗੁਰਮੀਤ ਸਿੰਘ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ 2 ਵੱਡੇ ਬਿਆਨ ਵੀ ਦਿੱਤੇ ਹੈ। ਜੇਲ੍ਹ ਦੇ ਬਾਹਰ ਗੁਰਮੀਤ ਸਿੰਘ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਸਵਾਗਤ ਕਰਦੇ ਹੋਏ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ, ਉਹਨਾਂ ਦੀ ਆਪਣੀ ਮਾਤਾ, ਉਹਨਾਂ ਦੇ ਨਾਲ ਕੌਮੀ ਇਨਸਾਫ ਮੋਰਚੇ ਨਾਲ ਜੁੜੇ ਵੱਡੀ ਗਿਣਤੀ ਵਿੱਚ ਉੱਥੇ ਸਿੰਘ ਪਹੁੰਚੇ ਹੋਏ ਸੀ। ਪਰ ਇਸ ਮੌਕੇ 'ਤੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਕਿਧਰੇ ਨਜ਼ਰ ਨਹੀਂ ਆਏ, ਹਾਲਾਂਕਿ ਉਹ 19 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਬਾਬਾ ਬਕਾਲਾ ਦੇ ਵਿੱਚ ਇਕੱਠ ਕਰਨ ਦੀ ਵਕਾਲਤ ਕਰ ਰਹੇ ਹੈ। ਹੁਣ ਇਹ ਘੁਸਰ ਮੁਸਰ ਸ਼ੁਰੂ ਹੋ ਗਈ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਰ ਰਹੇ ਹੈ ਜਾਂ ਇਕੱਲੇ ਅੰਮ੍ਰਿਤਪਾਲ ਸਿੰਘ ਵਾਸਤੇ। ਜਦੋਂ ਗੁਰਮੀਤ ਸਿੰਘ ਜੇਲ੍ਹ ਤੋਂ ਬਾਹਰ ਆਏ ਤਾਂ ਇਸ ਮੌਕੇ ਉਹਨਾਂ ਦਾ ਸਰੂਪਾ ਪਾ ਕੇ ਸਵਾਗਤ ਕੀਤਾ ਗਿਆ, ਮਠਿਆਈ ਖੁਆਈ ਗਈ। ਗੁਰਮੀਤ ਸਿੰਘ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਉਹਨਾਂ ਦੇ ਵਾਂਗ ਹੋਰ ਬੰਦੀ ਸਿੰਘਾਂ ਨੂੰ ਵੀ ਰਿਹਾਅ ਕੀਤਾ ਜਾਣਾ ਚਾਹੀਦਾ। ਉਹਨਾਂ ਨੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਭਿਓਰਾ ਦਾ ਸੁਨੇਹਾ ਵੀ ਦਿੱਤਾ। ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਰਿਹਾਈ ਦੇ ਦੌਰਾਨ ਕਿ ਬਾਹਰ ਜਾ ਕੇ ਤੁਸੀਂ ਫਤਿਹ ਬੁਲਾਇਓ ਅਤੇ ਸਿੱਖ ਕੌਮ ਨੂੰ ਕਿਹੋ ਕਿ ਇਹ ਫਤਿਹ ਉਹਨਾਂ ਨੇ ਬੁਲਾਈ ਹੈ। ਇਸੇ ਦੌਰਾਨ 30 ਸਾਲ ਬਾਅਦ ਪੁੱਤਰ ਦੇ ਇੰਤਜ਼ਾਰ ਕਰਦੀ ਮਾਂ ਵੀ ਕਾਫੀ ਭਾਵੁਕ ਨਜ਼ਰ ਆਈ। ਗੁਰਮੀਤ ਸਿੰਘ ਦੀ ਮਾਂ ਨੇ ਕਿਹਾ ਕਿ ਸਮਾਂ ਬੜਾ ਔਖਾ ਸੀ, ਜਿਸ ਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ, ਪਰ ਸਾਰੀ ਸੰਗਤ ਅਤੇ ਕੌਮ ਦਾ ਧੰਨਵਾਦ ਕਰਦੀ ਹਾਂ, ਮੇਰੇ ਕੋਲ ਰੱਬ ਦੇ ਸ਼ੁਕਰਾਨਾ ਕਰਨ ਲਈ ਹੁਣ ਸ਼ਬਦ ਵੀ ਨਹੀਂ ਹੈ। ਪੁੱਤਰ ਦੀ 30 ਸਾਲਾਂ ਬਾਅਦ ਹੋਈ ਰਿਹਾਈ ਦੇ ਬਾਵਜੂਦ ਜਿਸ ਤਰ੍ਹਾਂ ਗੁਰਮੀਤ ਸਿੰਘ ਦੀ ਮਾਂ ਨੇ ਬਿਆਨ ਦਿੱਤਾ, ਉਹ ਕਿਸੇ ਦਲੇਰੀ ਤੋਂ ਘੱਟ ਨਹੀਂ ਹੈ। ਸਾਲ 2007 ਵਿੱਚ ਬੇਅੰਤ ਸਿੰਘ ਕਤਲਕਾਂਡ 'ਚ ਗੁਰਮੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ, ਹਾਲਾਂਕਿ ਗ੍ਰਿਫਤਾਰੀ 1995 ਵਿੱਚ ਹੋ ਗਈ ਸੀ। ਪਿਛਲੀ ਵਾਰ ਪੈਰੋਲ ਦੌਰਾਨ ਜਦੋਂ ਗੁਰਮੀਤ ਸਿੰਘ ਨੂੰ ਰਿਹਾਅ ਕੀਤਾ ਗਿਆ ਸੀ ਤਾਂ ਸਮੇਂ ਸਿਰ ਸੁਰੈਂਡਰ ਨਾ ਕਰਨ ਦੇ ਖਿਲਾਫ ਉਹਨਾਂ ਦੇ ਵਾਰੰਟ ਵੀ ਜਾਰੀ ਹੋ ਗਏ ਸੀ, ਜਿਸ ਤੋਂ ਬਾਅਦ ਉਹਨਾਂ ਨੇ ਫਿਰ ਆਤਮ ਸਮਰਪਣ ਵੀ ਕਰ ਦਿੱਤਾ ਸੀ, ਪਰ ਹੁਣ ਉਹਨਾਂ ਨੂੰ ਪੱਕੀ ਜ਼ਮਾਨਤ ਮਿਲ ਗਈ ਹੈ। ਹੁਣ ਗੱਲ ਕਰਦਿਆਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਸ਼ੰਕਾ ਹੈ, ਉਹਨਾਂ ਨੇ ਸ਼ੱਕ ਪ੍ਰਗਟਾਇਆ ਇੱਕ ਹੁਣੀ ਦਾ, ਆਪਣੇ ਪੁੱਤਰ ਦੀ ਜਾਨ ਦਾ ਉਹਨਾਂ ਨੂੰ ਖਤਰਾ ਲੱਗਦਾ। NCV ਦੇ ਵੱਲੋਂ ਕੱਲ੍ਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜੇ ਗਏ ਸਨ ਬਦਨਾਮ ਨਸ਼ਾ ਤਸਕਰ ਬਲਵਿੰਦਰ ਸਿੰਘ ਉਰਫ ਬਿੱਲਾ ਸਰਪੰਚ। ਬਿੱਲਾ ਸਰਪੰਚ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚਿੰਤਾ ਪ੍ਰਗਟਾਈ ਹੈ
ਇੱਕ ਪਾਸੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਵੀ ਹੋ ਗਏ ਹੈ। ਲੁਧਿਆਣਾ ਦੇ ਵਿੱਚ ਉਹਨਾਂ ਨੇ ਸਿੱਖ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਹੈ। ਇਸੇ ਦੌਰਾਨ ਉਹਨਾਂ ਨੇ ਡਰੱਗ ਸਮਗਲਰ ਬਲਵਿੰਦਰ ਸਿੰਘ ਉਰਫ ਬਿੱਲਾ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਸਵਾਲ ਚੁੱਕੇ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦਾ ਇਰਾਦਾ ਮੈਨੂੰ ਠੀਕ ਨਹੀਂ ਲੱਗਦਾ। ਜੇਕਰ ਅੰਮ੍ਰਿਤਪਾਲ ਸਿੰਘ ਦੇ ਨਾਲ ਜੇਲ੍ਹ ਵਿੱਚ ਕੋਈ ਅਣਹੋਣੀ ਵਾਪਰਦੀ ਹੈ, ਭਾਵ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਪੁੱਤਰ ਦੀ ਜਾਨ ਨੂੰ ਉੱਥੇ ਖਤਰਾ ਹੋ ਸਕਦਾ, ਤਾਂ ਉਹਦੇ ਵਾਸਤੇ ਸਰਕਾਰ ਹੀ ਜ਼ਿੰਮੇਵਾਰ ਹੋਏਗੀ। ਲੁਧਿਆਣਾ ਵਿੱਚ ਸਿੱਖ ਜਥੇਬੰਦੀਆਂ ਨੂੰ ਸੰਬੋਧਿਤ ਕਰਦੇ ਹੋਏ ਤਰਸੇਮ ਸਿੰਘ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਈਆਂ ਜਾਣ। ਉਹਨਾਂ ਨੇ ਕਿਹਾ ਕਿ ਸਾਡੇ ਮੁੱਖ ਮੁੱਦੇ ਬੰਦੀ ਸਿੰਘਾਂ ਦੀ ਰਿਹਾਈ ਹੈ, ਬੇਅਦਬੀ ਮਾਮਲਿਆਂ 'ਚ ਇਨਸਾਫ ਹੈ। 5 ਜੁਲਾਈ ਨੂੰ ਜਦੋਂ ਕਹਿੰਦੇ ਅੰਮ੍ਰਿਤਪਾਲ ਸਿੰਘ ਨੇ MP ਦੇ ਵਜੋਂ ਦਿੱਲੀ 'ਚ ਆ ਕੇ ਸਹੁੰ ਚੁੱਕੀ ਸੀ ਤਾਂ ਉਹਨਾਂ ਨਾਲ ਮੁਲਾਕਾਤ ਜਦੋਂ ਹੋਈ ਸੀ ਤਾਂ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਸੀ ਕਿ ਵੱਧ ਤੋਂ ਵੱਧ ਸੰਗਤ ਨੂੰ ਜਾ ਕੇ ਕਿਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਈਆਂ ਜਾਣ, ਅਤੇ ਫਿਰ ਇਹਦੀ ਜ਼ਿੰਮੇਵਾਰੀ ਕਹਿੰਦੇ ਮੇਰੇ ਸਿਰ ਲਾ ਦਿੱਤੀ ਸੀ। ਜੇਲ੍ਹ ਦੇ ਵਿੱਚ ਆਖਿਆ ਜਾ ਸਕਦਾ ਕਿ ਚੋਣ ਜਿੱਤਣ ਤੋਂ ਬਾਅਦ ਹੁਣ ਅੰਮ੍ਰਿਤਪਾਲ ਦੀ ਨਜ਼ਰ SGPC 'ਚ ਐਂਟਰੀ 'ਤੇ ਹੈ। ਤਰਸੇਮ ਸਿੰਘ ਨੇ ਵੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 2011 ਤੋਂ ਲਟਕ ਰਹੀਆਂ ਨੇ। ਇਸ ਵਾਰ 2024 'ਚ ਸ਼੍ਰੋਮਣੀ ਕਮੇਟੀ ਦਾ ਬਜਟ 1,000 ਕਰੋੜ ਤੋਂ ਵੱਧਾ ਰੱਖਿਆ ਗਿਆ ਸੀ। ਤਰਸੇਮ ਸਿੰਘ ਨੇ ਆਖਿਆ ਕਿ ਇਸੇ ਲਈ ਅਸੀਂ SGPC ਦੀਆਂ ਤਿਆਰੀਆਂ ਕਰ ਰਹੇ ਹਾਂ ਕਿਉਂਕਿ ਅੰਮ੍ਰਿਤਪਾਲ ਸਿੰਘ ਨੇ ਸਾਡੀ ਡਿਊਟੀ ਲਾਈ ਹੈ। ਅਤੇ ਉਹਨਾਂ ਨੇ ਇਹ ਵੀ ਆਖਿਆ ਕਿ ਅਸੀਂ ਬਾਬਾ ਬਕਾਲਾ ਵਿੱਚ ਪੰਥਕ ਇਕੱਠ ਵੀ ਕਰਨ ਜਾ ਰਹੇ ਹਾਂ ਜਿੱਥੇ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੋਇਆ। ਦੂਸਰੇ ਪਾਸੇ ਦੱਸਣਾ ਬਣਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਉਹਨਾਂ ਵੱਲੋਂ ਵੀ ਲੰਬੇ ਸਮੇਂ ਤੋਂ ਇੱਕ ਪੰਥਕ ਲਹਿਰ ਉਲੀਕੀ ਹੋਈ ਹੈ ਅਤੇ ਉਹ ਵੀ ਵੱਖ ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਅਤੇ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਲਾਮਬੰਦ ਕਰ ਰਹੇ ਨੇ। ਅਤੇ ਹੁਣ ਗੱਲ ਕਰ ਰਹੇ ਹਾਂ ਭਗਵੰਤ ਮਾਨ ਹੋਰਾਂ ਦਾ, ਇੱਕ ਬਿਆਨ ਸਾਹਮਣੇ ਆਇਆ ਅਤੇ ਨਾਲ ਇਹਦੇ ਉੱਤੇ ਪ੍ਰਤੀਕਿਰਿਆ ਸ਼੍ਰੋਮਣੀ ਅਕਾਲੀ ਦਲ ਦੀ ਵੀ ਆਈ ਹੈ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਨਵ ਨਿਯੁਕਤ ਰਾਜਪਾਲ ਨੇ ਗੁਲਾਬ ਚੰਦ ਕਟਾਰੀਆ, ਕੱਲ੍ਹ ਦੇ ਪ੍ਰੋਗਰਾਮ ਵਿੱਚ ਮੈਂ ਖਬਰ ਸਾਂਝੀ ਕੀਤੀ ਸੀ ਕਿ ਅਚਨਚੇਤ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਪ੍ਰਸ਼ਾਸਨਿਕ ਸਕੱਤਰਾਂ ਦੇ ਨਾਲ। ਇਸ ਮੀਟਿੰਗ 'ਤੇ ਪ੍ਰਤੀਕਿਰਿਆ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ। ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਕਿਉਂਕਿ ਨਵੇਂ ਨਵੇਂ ਆਏ ਹੈ ਅਤੇ ਉਹ ਸਿਰਫ ਜਾਣ ਪਹਿਚਾਣ ਦੇ ਮਕਸਦ ਨਾਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਹੈ। ਉਹਨਾਂ ਇਹ ਵੀ ਕਿਹਾ ਕਿ ਉਹ ਕਿਸੇ ਵੀ ਅਧਿਕਾਰੀ ਨਾਲ ਅਜਿਹੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰ ਸਕਦੇ ਹੈ। ਕਿਉਂ? ਕਿਉਂਕਿ ਉਹਨਾਂ ਨੂੰ ਭਵਿੱਖ ਦੇ ਵਿੱਚ ਲੋੜ ਪੈਣ 'ਤੇ ਉਹਨਾਂ ਨੂੰ ਕੁਝ ਪੱਤਰ ਵੀ ਲਿਖਣੇ ਪੈਣਗੇ। ਦੱਸਣਾ ਬਣਦਾ ਕਿ ਗੁਲਾਬ ਚੰਦ ਕਟਾਰੀਆ ਨੇ ਸਹੁੰ ਚੁੱਕਣ ਤੋਂ ਕੁਝ ਦਿਨ ਬਾਅਦ ਆਪ ਸਰਕਾਰ ਦੇ ਪ੍ਰਸ਼ਾਸਨਿਕ ਸਕੱਤਰਾਂ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਗਵਰਨਰ ਬਨਵਾਰੀ ਲਾਲ ਪੁਰੋਹਿਤ ਉਹਨਾਂ ਦੇ ਵਿਚਕਾਰ ਸਰਕਾਰੀ ਫੈਸਲੇ ਨੂੰ ਲੈ ਕੇ ਕਾਫੀ ਤਕਰਾਰ ਵੇਖਣ ਨੂੰ ਮਿਲਦਾ ਸੀ। ਕਦੇ ਉਹ ਕਹਿੰਦੇ ਸੈਸ਼ਨ ਹੋਏਗਾ, ਕਦੇ ਸੈਸ਼ਨ ਨੂੰ ਆਗਿਆ ਦੇ ਕੇ ਭੰਗ ਕਰ ਦਿੰਦੇ ਸੀ, ਕਦੇ ਉਹਨੂੰ ਗੈਰ ਸੰਵਿਧਾਨਕ ਦੱਸ ਦਿੰਦੇ ਸੀ, ਕਦੇ ਬਿੱਲਾਂ ਦੇ ਉੱਤੇ ਉਹ ਦਸਤਖਤ ਨਹੀਂ ਸੀ ਕਰਦੇ, ਕਦੇ ਚਿੱਠੀਆਂ ਲਿਖ ਦਿੰਦੇ ਸੀ। ਹਾਲਾਂਕਿ ਇੰਝ ਜਾਪਦਾ ਕਿ ਪੰਜਾਬ ਦੇ ਮੁੱਖ ਮੰਤਰੀ ਹਾਲੇ ਫੂਕ ਫੂਕ ਕੇ ਕਦਮ ਰੱਖ ਰਹੇ ਨੇ, ਜਦੋਂ ਕਿ ਦੂਸਰੇ ਪਾਸੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਜਿਹੜੇ ਕੰਡੇ ਬੀਜੇ ਗਏ ਹੈ ਉਹਦੇ ਉੱਤੇ ਪੰਜਾਬ ਸਰਕਾਰ ਦੇ ਬਰਾਬਰ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਬਿਆਨ ਆਇਆ। ਅਕਾਲੀ ਦਲ ਨੇ ਕੀ ਆਖਿਆ? ਉਹ ਕਹਿੰਦੇ ਕਿ ਅੰਕਿਤ ਸੰਘੀ ਢਾਂਚਾ ਇਹ ਮੀਟਿੰਗ ਰਾਜਪਾਲ ਦੀ ਉਹਦੇ ਬਿਲਕੁਲ ਖਿਲਾਫ ਹੈ। ਅਕਾਲੀ ਦਲ ਨੇ ਰਾਜਪਾਲ ਦੇ ਇਸ ਫੈਸਲੇ ਨੂੰ ਪੰਜਾਬ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਾਰ ਦਿੱਤਾ ਹੈ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਵੀ ਦਿੱਤੀ ਹੈ
ਕਿ ਉਹ ਕੇਂਦਰ ਦੇ ਵੱਲੋਂ ਪੰਜਾਬ ਦੇ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਤੋਂ ਬਚਣ ਲਈ ਆਪਣਾ ਘਰ ਸੰਵਾਰਨ। ਚੀਮਾ ਨੇ ਕਿਹਾ ਕਿ ਰਾਜਪਾਲ ਦੇ ਵੱਲੋਂ ਮੀਟਿੰਗਾਂ ਕਰਨ ਦਾ ਮਤਲਬ ਦੋਹਰੀ ਕਮਾਂਡ ਦੇਣਾ ਹੈ, ਜੋ ਕਿ ਪੰਜਾਬ ਦੇ ਹਿੱਤਾਂ ਦੇ ਬਿਲਕੁਲ ਖਿਲਾਫ ਹੈ। ਇਹਦੇ ਨਾਲ ਪੰਜਾਬ ਅਤੇ ਕੇਂਦਰ ਦੇ ਸੰਬੰਧਾਂ 'ਤੇ ਸਿੱਧਾ ਅਸਰ ਪਏਗਾ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਸੂਬਿਆਂ ਲਈ ਵੱਧ ਹਿੱਤਾਂ ਦੀ ਹਾਮੀ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਆਪਣੇ ਅਧੀਨ ਕਰਨ ਦਾ ਯਤਨ ਕਰ ਰਹੀ ਹੈ ਅਤੇ ਸੂਬਿਆਂ ਨੂੰ ਆਪਣੇ ਮੁਤਾਬਕ ਸਕੀਮਾਂ ਬਣਾਉਣ ਦੀ ਆਗਿਆ ਵੀ ਨਹੀਂ ਦੇ ਰਹੀ। ਇਸੇ ਕਾਰਨ ਸੂਬਾ ਅਤੇ ਕੇਂਦਰ ਸਰਕਾਰ ਦੇ ਵਿੱਚ ਟਕਰਾਅ ਵੀ ਪੈਦਾ ਹੋ ਜਾਂਦਾ ਹੈ ਅਤੇ ਇਸੇ ਹੀ ਕਾਰਨ ਪੰਜਾਬ ਦੇ ਫੰਡ ਵੀ ਰੋਕੇ ਜਾ ਰਹੇ ਨੇ, ਜਿਸ ਕਾਰਨ ਕਹਿੰਦੇ ਪੰਜਾਬੀਆਂ ਨੂੰ ਮੁਸ਼ਕਲਾਂ ਵੀ ਝੱਲਣੀਆਂ ਪੈ ਰਹੀਆਂ ਨੇ। ਇੱਥੋਂ ਤੱਕ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ RDF ਫੰਡ ਵੀ ਰੋਕਿਆ ਹੋਇਆ। ਕੇਂਦਰ ਸਰਕਾਰ ਦੇ ਵੱਲੋਂ ਸੂਬੇ ਦੇ ਸਰਹੱਦੀ ਇਲਾਕਿਆਂ 'ਤੇ ਆਪਣਾ ਕੰਟਰੋਲ ਵੀ ਵਧਾਇਆ ਹੋਇਆ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਦੋ ਸਮਾਨ ਅੰਤਰ ਸਰਕਾਰਾਂ ਨਹੀਂ ਹੋ ਸਕਦੀਆਂ। ਪੰਜਾਬ ਇਸ ਸਮੇਂ ਇੱਕ ਸਰਕਾਰ ਜਿਹੜੀ ਲੋਕਾਂ ਦੇ ਵੱਲੋਂ ਚੁਣੀ ਹੋਈ ਆ ਉਹ ਹੈ ਅਤੇ ਦੂਜੀ ਸਰਕਾਰ ਕੇਂਦਰ ਸਰਕਾਰ ਦੇ ਵੱਲੋਂ ਨਿਯੁਕਤ ਕੀਤੀ ਹੋਈ ਹੈ। ਉਹਨਾਂ ਨੇ ਕਿਹਾ ਕਿ ਸੂਬਾ ਚਲਾਉਣ ਦੀ ਜ਼ਿੰਮੇਵਾਰੀ ਚੁਣੀ ਹੋਈ ਸਰਕਾਰ ਦੀ ਹੀ ਹੋਣੀ ਚਾਹੀਦੀ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਆਪਣੇ ਸੰਵਿਧਾਨਕ ਫਰਜ਼ ਨਿਭਾਉਣ ਅਤੇ ਕੇਂਦਰ ਨੂੰ ਦਖਲ ਦੇਣ ਦਾ ਕੋਈ ਮੌਕਾ ਹੀ ਨਾ ਦੇਣ। ਉਹਨਾਂ ਨੇ ਕਿਹਾ ਕਿ ਸੜਕੀ ਪ੍ਰੋਜੈਕਟਾਂ ਦੇ ਮੁੱਦੇ 'ਤੇ ਵੀ ਕੇਂਦਰ ਸਰਕਾਰ ਨੇ ਪੰਜਾਬ ਦੇ ਮਸਲਿਆਂ ਦੇ ਵਿੱਚ ਬੇਲੋੜੀ ਦਖਲ ਅੰਦਾਜ਼ੀ ਕੀਤੀ ਹੈ। ਅਤੇ ਹੁਣ ਗੱਲ ਕਰਦੇ ਹਾਂ ਹਰਿਆਣਾ ਦੇ ਵਿੱਚ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਦਾ ਮੁੜ ਤੋਂ ਗਠਿਤ ਕਰ ਦਿੱਤਾ ਗਿਆ। ਹਰਿਆਣਾ ਸਰਕਾਰ ਨੇ 41 ਮੈਂਬਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਅ ਨੇ ਪ੍ਰਵਾਨਗੀ ਦੇ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹਰਿਆਣਾ ਸਰਕਾਰ ਦੇ ਵੱਲੋਂ ਗਠਿਤ ਕਮੇਟੀ 'ਚ ਅੰਬਾਲਾ ਦੇ 6, ਫਰੀਦਾਬਾਦ ਦੇ 2, ਫਤਿਆਬਾਦ ਦਾ 1, ਪੰਚਕੂਲਾ ਦੇ 3, ਕੈਥਲ ਦੇ 2, ਕਰਨਾਲ ਦੇ 5, ਕੁਰੂਕਸ਼ੇਤਰ ਦੇ 6, ਜੀਂਦ ਦੇ 3, ਪਾਣੀਪਤ ਦਾ 1, ਸਿਰਸਾ ਦੇ 9, ਯਮੁਨਾਨਗਰ ਦੇ 3 ਮੈਂਬਰਾਂ ਨੂੰ ਸ਼ਾਮਲ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਅੰਬਾਲਾ ਤੋਂ ਹਰਪਾਲ ਸਿੰਘ ਕੰਬੂਜ਼, ਸੁਖਦਰਸ਼ਨ ਸਿੰਘ ਸਹਿਗਲ, ਤਸਵਿੰਦਰਪਾਲ ਸਿੰਘ, ਇੰਦਰਜੀਤ ਸਿੰਘ ਵਾਸੂਦੇਵਾ, ਕੈਪਟਨ ਦਲਵਾਗ ਸਿੰਘ ਸੈਣੀ, ਰਜਿੰਦਰ ਸਿੰਘ, ਫਰੀਦਾਬਾਦ ਤੋਂ ਸਰਦਾਰਨੀ ਰੀਨਾ ਪੱਟੀ, ਗੁਰਪ੍ਰਸ਼ਾਦ ਸਿੰਘ, ਫਤਿਆਬਾਦ ਤੋਂ ਮਹਿੰਦਰ ਸਿੰਘ ਵਧਵਾ, ਪੰਚਕੂਲਾ ਤੋਂ ਗੁਰਮੀਤ ਸਿੰਘ ਮਿੱਤਾ, ਡਾਕਟਰ ਹਰਨੇਕ ਸਿੰਘ, ਸਵਰਨ ਸਿੰਘ, ਇਸੇ ਤਰ੍ਹਾਂ ਕੈਥਲ ਤੋਂ ਕਾਬਲ ਸਿੰਘ, ਦਵਿੰਦਰ ਸਿੰਘ, ਕਰਨਾਲ ਤੋਂ ਭੁਪਿੰਦਰ ਸਿੰਘ ਰੋਖਾ, ਗੁਲਾਬ ਸਿੰਘ, ਬਾਬਾ ਮਹਿਰ ਸਿੰਘ, ਰਤਨ ਸਿੰਘ, ਨਿਸ਼ਾਨ ਸਿੰਘ, ਕੁਰੂਕਸ਼ੇਤਰ ਤੋਂ ਮਨਜੀਤ ਸਿੰਘ ਵੜੈਚ, ਬੇਅੰਤ ਸਿੰਘ, ਸਰਦਾਰਨੀ ਰਵਿੰਦਰ ਕੌਰ ਅਜਰਾਣਾ, ਪਰਮਜੀਤ ਸਿੰਘ ਮੱਕੜ, ਸੁਰਿੰਦਰ ਸਿੰਘ, ਰਵਿੰਦਰਪਾਲ ਸਿੰਘ ਬਿੱਟੂ, ਜੀਂਦ ਤੋਂ ਅਜੇ ਸਿੰਘ ਨਿਮਨਾਬਾਦ, ਸਤਿੰਦਰ ਸਿੰਘ ਮੰਟਾ, ਇਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜੀਂਦ ਤੋਂ ਪਰਮਿੰਦਰ ਕੌਰ, ਸਿਰਸਾ ਤੋਂ ਬਲਜੀਤ ਸਿੰਘ ਦਾਦੂਵਾਲ, ਜਗਸੀਰ ਸਿੰਘ, ਮਾਲਕ ਸਿੰਘ, ਪਰਮਜੀਤ ਸਿੰਘ ਮੱਖਾ, ਪ੍ਰਕਾਸ਼ ਸਿੰਘ ਸਾਹੂਵਾਲਾ, ਗੁਰਮੀਤ ਸਿੰਘ, ਗੁਰਪਾਲ ਸਿੰਘ ਗੋਰਾ, ਮਲਕੀਤ ਸਿੰਘ ਪਾਣੀਵਾਲਾ, ਸੁਰਿੰਦਰ ਸਿੰਘ ਵੈਦਵਾਲਾ ਅਤੇ ਪਾਣੀਪਤ ਤੋਂ ਮਲਕੀਤ ਸਿੰਘ ਅਤੇ ਯਮੁਨਾਨਗਰ ਤੋਂ ਹਰਬੰਸ ਸਿੰਘ, ਸੁਖਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਨੂੰ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਉੱਥੋਂ ਦੇ ਸਿੱਖਾਂ ਦੀ ਚਿਰੋਕਣੀ ਮੰਗ ਹੈ ਕਿ ਇਹ ਕਮੇਟੀ ਗਠਿਤ ਨਾ ਕੀਤੀ ਜਾਵੇ। ਪੰਜਾਬ ਦੇ ਵਿੱਚ ਵੀ ਚੋਣਾਂ ਨਹੀਂ ਲੰਬੇ ਸਮੇਂ ਤੋਂ 2011 ਤੋਂ ਬਾਅਦ ਕਰਵਾਈਆਂ ਜਾ ਰਹੀਆਂ ਅਤੇ ਜਦੋਂ ਤੋਂ ਹਰਿਆਣਾ ਦੇ ਵਿੱਚ ਇਹ ਕਮੇਟੀ ਬਣਾਈ ਗਈ ਹੈ, ਭਾਵੇਂ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ, ਉੱਥੇ ਵੀ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ। ਅਤੇ ਹੁਣ ਗੱਲ ਕਰਦੇ ਹਾਂ ED ਦੀ, ਇਨਫੋਰਸਮੈਂਟ ਡਾਇਰੈਕਟੋਰੇਟ ਦੀ।
1993 ਬੈਚ ਦੇ ਭਾਰਤੀ ਮਾਲ ਸੇਵਾ ਦੇ ਅਧਿਕਾਰੀ ਰਾਹੁਲ ਨਵੀਨ ਨੂੰ ਈਡੀ ਦਾ ਨਵਾਂ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਰਾਹੁਲ ਨਵੀਨ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹਨਾਂ ਨੂੰ ਨਿਯੁਕਤ ਕਰ ਦਿੱਤਾ ਗਿਆ। ਦੱਸਣਾ ਬਣਦਾ ਕਿ ਨਵੀਨ ਫਿਲਹਾਲ ਈਡੀ ਵਿੱਚ ਸਪੈਸ਼ਲ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਰਹੇ ਹੈ ਅਤੇ ਰਾਹੁਲ ਦੀ ਨਿਯੁਕਤੀ ਉਹਨਾਂ ਦੇ ਅਹੁਦਾ ਸੰਭਾਲਣ ਦੀ ਤਰੀਕ ਤੋਂ ਪ੍ਰਭਾਵੀ ਹੋਏਗੀ। ਇਹ 2 ਸਾਲਾਂ ਦੀ ਮਿਆਦ ਅਗਲੇ ਹੁਕਮ ਜਾਰੀ ਹੋਣ ਤੱਕ ਲਾਗੂ ਰਹੇਗੀ। ਦੱਸਣਾ ਬਣਦਾ ਕਿ ਰਾਹੁਲ ਨਵੀਨ IRS 1993 ਬੈਚ ਦੇ ਅਧਿਕਾਰੀ ਨੇ। ਉਹਨਾਂ ਨੇ 15 ਸਤੰਬਰ 2023 ਨੂੰ ED ਦੇ ਕਾਰਜਕਾਰੀ ਨਿਰਦੇਸ਼ਕ ਦਾ ਅਹੁਦਾ ਸੰਭਾਲਿਆ ਸੀ। ਉਹਨਾਂ ਨੇ ਪਿਛਲੇ ਨਿਰਦੇਸ਼ਕ ਸੰਜੇ ਕੁਮਾਰ ਮਿਸ਼ਰਾ ਦੀ ਥਾਂ ਲੈ ਲਈ ਹੈ ਅਤੇ ਡਾਇਰੈਕਟਰ ਇੰਚਾਰਜ ਦੇ ਵਜੋਂ ਆਪਣੀ ਨਿਯੁਕਤੀ ਤੋਂ ਪਹਿਲਾਂ ਉਹਨਾਂ ਨੇ ਸੰਜੇ ਮਿਸ਼ਰਾ ਦੇ ਨਾਲ ਮਿਲ ਕੇ ਵੀ ਕੰਮ ਕੀਤਾ ਸੀ। ਇੱਥੇ ਇਹ ਦੱਸਣਾ ਬਣਦਾ ਕਿ ED ਭਾਰਤ ਦੇ 120 ਤੋਂ ਜ਼ਿਆਦਾ ਸਿਆਸੀ ਨੇਤਾਵਾਂ ਦੀ ਜਾਂਚ ਕਰ ਰਹੀ ਹੈ। ਇਹਨਾਂ ਵਿੱਚੋਂ ਲਗਭਗ 95% ਵਿਰੋਧੀ ਪਾਰਟੀਆਂ ਨਾਲ ਸੰਬੰਧਿਤ ਆਗੂ ਨੇ ਅਤੇ ਇਸ ਜਿਹੜੀਆਂ ਵਿਰੋਧੀ ਧਿਰਾਂ ਦੇ ਆਗੂ ਨੇ ਉਹ ਉਹਨਾਂ ਦੇ ਖਿਲਾਫ ਚੱਲ ਰਹੀ ਜਾਂਚ ਦੇ ਕਾਰਨ ਅਕਸਰ ED ਨੂੰ ਅਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਵੀ ਲੈਂਦੇ ਹੈ। ਅਤੇ ਹੁਣ ਗੱਲ ਕਰਦੇ ਹਾਂ ਕੋਲਕਾਤਾ ਦੇ ਵਿੱਚ ਜਬਰਜਨਾ ਤੋਂ ਬਾਅਦ ਕਤਲ ਕੀਤੀ ਗਈ ਇੱਕ ਡਾਕਟਰ ਅਤੇ ਉਹਦੀ ਪੋਸਟਮਾਰਟਮ ਰਿਪੋਰਟ ਦੀ। ਕੋਲਕਾਤਾ ਦੇ RG ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਕਥਿਤ ਤੌਰ 'ਤੇ ਬਲਾਤਕਾਰ ਅਤੇ ਕਤਲ ਕੀਤੀ ਗਈ ਸੀ ਇੱਕ ਸਖਾਂਦਰੂ ਡਾਕਟਰ। ਉਹਦੀ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਆ ਉਹ ਬਹੁਤ ਹੈਰਾਨੀਜਨਕ ਹੈ। ਕਈ ਖੁਲਾਸੇ ਹੋਏ ਨੇ। ਇਸ ਰਿਪੋਰਟ ਵਿੱਚ ਉਹਦੇ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਹੈ, ਕਈ ਵਾਰ ਬਲਾਤਕਾਰ ਦੇ ਸੰਕੇਤ ਮਿਲੇ ਹੈ। ਰਿਪੋਰਟ ਅਨੁਸਾਰ ਉਹਨਾਂ ਦਾਅਵਿਆਂ ਨੂੰ ਰੱਦ ਕੀਤਾ ਜਾ ਰਿਹਾ ਹੈ ਕਿ ਉਸ ਡਾਕਟਰ ਦਾ ਕਤਲ ਕਰਨ ਤੋਂ ਬਾਅਦ ਬਲਾਤਕਾਰ ਕੀਤਾ ਗਿਆ। ਇਹਦੇ ਵਿੱਚ ਕਿਹਾ ਗਿਆ ਕਿ ਮੌਤ ਦਾ ਸਮਾਂ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਹੋ ਸਕਦਾ। ਇਸ ਰਿਪੋਰਟ ਦੇ ਮੁਤਾਬਕ ਸਰੀਰ ਦੇ ਹੇਠਲੇ ਉੱਤੇ ਉੱਪਰਲੇ ਬੁੱਲ, ਨੱਕ, ਗੱਲ ਅਤੇ ਹੇਠਲੇ ਜਬਾੜੇ ਸਮੇਤ ਵੱਖ ਵੱਖ ਹਿੱਸਿਆਂ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹੈ। ਰਿਪੋਰਟ ਦੇ ਵਿੱਚ ਖੋਪੜੀ ਦੀ ਹੱਡੀ 'ਤੇ ਵੀ ਸੱਟ ਹੈ ਅਤੇ ਉਹਦੇ ਅਗਲੇ ਹਿੱਸੇ 'ਤੇ ਖੂਨ ਦੇ ਥੱਕੇ ਵੀ, ਉਹਨਾਂ ਦਾ ਵੀ ਜ਼ਿਕਰ ਹੈ ਕਿ ਖੂਨ ਜੰਮਿਆ ਹੋਇਆ ਸੀ। RG ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸਾਬਕਾ ਵਿਦਿਆਰਥੀ ਡਾਕਟਰ ਸਵਰਨਾ ਗੋਸਵਾਮੀ ਨੇ ਪੋਸਟਮਾਰਟਮ ਰਿਪੋਰਟ ਖੁਦ ਦੇਖੀ ਹੈ। ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਬੇਰਹਿਮੀ ਦਾ ਸਬੂਤ ਹੈ ਜਿਸ ਦਾ ਸਾਹਮਣਾ ਉਸ ਡਾਕਟਰ ਨੇ ਕੀਤਾ ਕਿ ਉਹਨੂੰ 1 ਤੋਂ ਵੱਧ ਵਿਅਕਤੀ ਉੱਥੇ ਮੌਜੂਦ ਰਹੇ, ਇਹਦੇ ਨਾਲ 1 ਤੋਂ ਵੱਧ ਵਾਰ ਉਹਦੇ ਨਾਲ ਬਲਾਤਕਾਰ ਕੀਤੇ ਜਾਣ ਦੀ ਵੀ ਇਸ ਰਿਪੋਰਟ ਵਿੱਚ ਪੁਸ਼ਟੀ ਹੋ ਰਹੀ ਹੈ। ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਕਿ ਜ਼ਬਰਜਨਾਹ ਤੋਂ ਬਾਅਦ ਉਹਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਪੋਸਟ ਗ੍ਰੈਜੂਏਟ ਸਿੱਖਿਆਰਥਣ ਦੀ ਲਾਸ਼ ਦੱਸਣਾ ਬਣਦਾ ਕਿ 9 ਅਗਸਤ ਦੀ ਸਵੇਰ ਨੂੰ ਹਸਪਤਾਲ ਦੇ ਸੈਮੀਨਾਰ ਹਾਲ ਦੇ ਅੰਦਰੋਂ ਮਿਲੀ ਸੀ। ਇੱਕ ਸਿਵਿਕ ਵਲੰਟੀਅਰ ਨੂੰ ਸ਼ਨਿਚਰਵਾਰ ਨੂੰ ਅਪਰਾਧ ਦੇ ਸੰਬੰਧ ਵਿੱਚ ਗ੍ਰਿਫਤਾਰ ਕਰ ਲਿਆ ਸੀ ਅਤੇ ਉਹਨੇ ਆਪਣਾ ਅਪਰਾਧ ਹੁਣ ਆਖਰ ਸਵੀਕਾਰ ਵੀ ਕਰ ਲਿਆ। ਪਰ ਜਦੋਂ ਉਹਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਅਪਰਾਧੀ ਦੇ 4 ਵਿਆਹ ਹੋਏ ਸੀ। ਉਹ ਅਪਰਾਧੀ ਕਿਸਮ ਦਾ ਵਿਅਕਤੀ ਹੈ। ਉਹਦੇ ਮੋਬਾਈਲ ਫੋਨ ਦੇ ਵਿੱਚੋਂ ਬਹੁਤ ਸਾਰਾ ਅਸ਼ਲੀਲ ਵੀਡੀਓ ਅਤੇ ਸਮੱਗਰੀ ਮਿਲੀ ਹੈ। ਉਹ ਆਪਣੀ ਘਰਵਾਲੀਆਂ ਨੂੰ, ਮਾਂ ਅਤੇ ਭੈਣ ਤੱਕ ਕੁੱਟਦਾ ਮਾਰਦਾ ਵੀ ਰਿਹਾ ਅਤੇ ਉਹਨੇ ਇੱਥੋਂ ਤੱਕ ਆਖਿਆ ਕਿ ਹਾਂ ਮੈਂ ਇਹ ਕਾਰਾ ਕੀਤਾ ਅਤੇ ਮੈਨੂੰ ਫਾਂਸੀ ਦੇ ਦਿੱਤੀ ਜਾਵੇ। ਹੁਣ ਵੇਖਦੇ ਹਾਂ ਕਿ ਇਸ ਕੇਸ ਦੀ ਜਾਂਚ CBI ਦੇ ਹਵਾਲੇ ਕਰ ਦਿੱਤੀ ਗਈ ਹੈ ਕਿ ਅਗਲੇਰੀ ਜਾਂਚ ਵਿੱਚੋਂ ਹੋਰ ਇਹਦੇ ਵਿੱਚ ਕੌਣ ਕੌਣ ਸ਼ਾਮਲ ਪਾਏ ਜਾਂਦੇ ਹੈ। ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ
ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾ ਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।